ਫਤਿਹਗੜ੍ਹ ਚੂੜੀਆਂ ਦੇ ਕਨੇਕ ਬਾਂਗਰ ਦੇ ਨੇੜੇ ਪੈਂਦੇ ਖਹਿਰਾ ਕਲਾਂ ਦੇ CSC ਸੈਂਟਰ 'ਚ ਬੀਤੀ 7 ਸਤੰਬਰ ਨੂੰ 5 ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਲੁਟੇਰੇ ਇੱਥੋਂ ਪਿਸਤੌਲ ਦੀ ਨੋਕ 'ਤੇ 1.5 ਲੱਖ ਰੁਪਏ ਦੀ ਨਕਦੀ ਅਤੇ 5 ਮੋਬਾਈਲ ਸਮੇਤ ਇੱਕ ਲੈਪਟੋਪ ਵੀ ਲੈ ਕੇ ਫਰਾਰ ਹੋਏ ਸਨ। ਪੁਲਿਸ ਨੇ ਇਹਨਾਂ ਦੇ ਵਿੱਚੋਂ 3 ਨੂੰ ਅੱਜ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਾਰੇ ਮਾਮਲੇ ਸੰਬੰਧੀ DSP ਫਤਿਹਗੜ੍ਹ ਚੂੜੀਆਂ ਸੁਖਪਾਲ ਸਿੰਘ ਨੇ ਅੱਜ ਹੋਰ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਲੁਟੇਰਾ ਗਰੋਹ ਕਾਫ਼ੀ ਸਰਗਰਮ ਸੀ। CCTV ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ। ਕੀ ਹੈ ਸਾਰਾ ਮਾਮਲਾ, ਆਓ DSP ਫਤਿਹਗੜ੍ਹ ਚੂੜੀਆਂ ਦੀ ਜ਼ੁਬਾਨੀ ਹੀ ਸੁਣਦੇ ਹਾਂ। 30 ਤਰੀਕ ਨੂੰ 30 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੇਮ ਸਿੰਘ ਨਾਂ ਦਾ ਵਿਅਕਤੀ ਸੀਗਾ, ਉਹਦੇ ਕੋਲੋਂ ਉਹਦਾ ਮੋਟਰਸਾਈਕਲ ਅਤੇ ਨਾਲ ਮੋਬਾਈਲ ਫੋਨ ਖੋਹ ਕੇ ਲੈ ਗਏ ਸੀਗੇ। ਉਹਦੀ ਅਸੀਂ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ। ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹ ਜਿਹੜੇ 4 ਬੰਦਿਆਂ ਨੇ ਖੋਹ ਕੀਤੀ ਸੀ, ਜਿਹਦੇ ਵਿੱਚੋਂ ਕਿ ਅਸੀਂ 4ਾਂ ਦੇ ਵਿੱਚੋਂ 2 ਬੰਦੇ ਜਿਹੜੇ, ਇੱਕ ਮਨਪ੍ਰੀਤ ਮੰਨੂ ਸਾਨੂੰ ਬਲਵਿੰਦਰ ਸਿੰਘ ਵਾਸੀ ਜਾਂਗਲਾ ਅਤੇ ਇੱਕ ਜਸਪ੍ਰੀਤ ਰੈਜਰ ਸਾਹਿਬ ਬੋੜੇਵਾਲ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਜਿੱਥੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ। ਇਸ ਤੋਂ ਇਲਾਵਾ ਇਸੇ ਗਰੋਹ ਨੇ ਇੱਕ ਜਿਹੜਾ ਜੱਜਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ, 5 ਤਰੀਕ ਨੂੰ 5-9 ਨੂੰ ਜਿਹੜਾ ਹੈ ਇੱਕ ਲੇਡੀਜ਼ ਸੀਗੀ ਉੱਥੇ, ਉਹਦੇ ਕੋਲੋਂ ਇੱਕ ਮੋਪਿਡ ਜਿਹੜੀ ਇਹਨਾਂ ਨੇ ਖੋਹੀ, ਉਹ ਮੋਪਿਡ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪਿਡ ਵੀ ਇਹਨਾਂ ਕੋਲੋਂ। ਇਸੇ ਦੌਰਾਨ ਹੀ 7 ਤਰੀਕ ਨੂੰ 7-9 ਇਸੇ ਮਹੀਨੇ ਦੀ 7 ਤਰੀਕ ਨੂੰ ਇੱਕ ਕਲੇਰ ਕਲਾਂ ਪਿੰਡ ਦੇ ਵਿੱਚ 5 ਬੰਦਿਆਂ ਨੇ ਇੱਕ ਬੜਾ ਸਨਸਨੀ ਕੇਸ ਜਿਹੜਾ ਕ੍ਰਾਈਮ ਕੀਤਾ, ਜਿਹੜਾ ਉਹਨਾਂ ਨੇ ਆਰਮਡ ਹੋ ਕੇ ਅਤੇ ਇੱਕ ਦੁਕਾਨ 'ਤੇ ਡਾਕਾ ਮਾਰਿਆ। ਉਹਦੇ 'ਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ, 5 ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ 'ਤੇ ਕਸਟਮਰ ਬੈਠੇ ਸੀ ਉਹ ਅਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ, ਉਹਦੇ ਫੋਨ ਦੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋਹ ਕੇ ਲੈ ਗਏ। ਇਹ ਸਾਰੀ ਜੇ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ 'ਚ ਅਸੀਂ 2 ਬੰਦੇ ਜਿਹੜੇ ਪਹਿਲੇ ਜਿਹੜੇ ਫੜ ਲਏ, ਜਸਪ੍ਰੀਤ ਸਿੰਘ ਬੋੜਾ ਅਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜਾਂਗਲੇ ਦਾ ਰਹਿਣ ਵਾਲਾ ਹੈ, ਇਹ 'ਚ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ 4-5 ਪਰਚੇ 'ਤੇ ਆਲਰੇਡੀ ਪੁਰਾਣੇ ਜਿਹੜੇ ਦਰਜ ਹੈ। ਪਰ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਫਿਰ ਇਹ ਗੱਲ ਸਾਹਮਣੇ ਆਈ ਵੀ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਭਰਾ ਅਤੇ ਇੱਕ ਇਹਦਾ ਜਿਹੜਾ ਸਾਲਾ ਹੈ, ਇਹ ਜਿਹੜੇ 3 ਬੰਦੇ ਤਾਂ ਇੱਥੋਂ ਸੀਗੇ, ਇਹ ਸੀਗੇ 2 ਬੰਦੇ ਇਹਨਾਂ ਨੇ ਜਿਹੜੇ ਹੈ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਔਰ ਇਹਨਾਂ 5 ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਅਰ ਕਰਨ ਵਾਲੀ ਜਿਹੜਾ ਡਾਕੇ ਨੂੰ ਅੰਜਾਮ ਦਿੱਤਾ। ਇਸੇ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਅਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ, ਪ੍ਰਿੰਸ ਸਾਨੂੰ ਪ੍ਰਗਟ ਸਿੰਘ ਹੈ, ਇਹ ਅਸੀਂ ਜਿਹੜੇ ਗ੍ਰਿਫਤਾਰ ਕਰ ਲਏ ਹੈ ਅਤੇ ਇਹ ਜਿਹੜੇ ਬਾਕੀ ਜਿਹੜੇ 3 ਬੰਦੇ ਆ ਉਹ ਵੀ ਅਸੀਂ ਜਲਦੀ ਜਿਹੜੇ ਅਰੈਸਟ ਕਰ ਲਾਂਗੇ। ਹੁਣ ਤੱਕ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ, ਇੱਕ ਜਿਹੜੀ ਹੈ ਮੋਪਿਡ, 2 ਜਿਹੜੇ ਮੋਬਾਈਲ ਫੋਨ, ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਅਰ ਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ। ਜੀ ਹਾਂ, ਅਜੇ ਤਾਂ ਪ੍ਰੀਲੀਮਰੀ ਹੈ, ਅਜੇ ਅਸੀਂ ਇਹਨਾਂ ਕੋਲ ਹੋਰ ਪੁੱਛਗਿੱਛ ਕਰ ਰਹੇ ਹਾਂ ਅਤੇ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸ ਹੈ ਵੀ ਇਹਨਾਂ ਦੇ ਕੋਲੋਂ ਸਾਨੂੰ ਟਰੇਸ ਹੋਣਗੇ। ਸਪੈਸ਼ਲੀ ਜਿਹੜੇ ਬੰਦੇ ਅਜੇ ਨਹੀਂ ਫੜੇ ਗਏ ਉਹ ਇਹਨਾਂ ਨੂੰ ਜ਼ਿਆਦਾ ਡੈਸਪਰੇਟ ਨੇ, ਜਿਹੜੇ ਵੈਪਨਸ ਅਤੇ ਵੈਪਨਸ ਅਤੇ ਬਾਕੀ ਲੈਪਟਾਪ ਵਗੈਰਾ ਹੋਰ ਸਮਾਨ ਜਿਹੜਾ ਉਹਨਾਂ ਕੋਲ ਇਹਦਾ ਵੀ ਬਰਾਮਦ ਕਰਨਾ ਬਾਕੀ ਹੈ ਅਤੇ ਹੋਰ ਵੀ ਜਿਹੜੇ ਕਾਫੀ ਜਿਹੜਾ ਇਹਨਾਂ ਕੋਲੋਂ ਜਿਹੜੇ ਖੁਲਾਸੇ ਹੁੰਦੀ ਆਸ ਹੈ। ਇਹ ਪਹਿਲੇ ਸਾਰੇ ਜਣੇ ਜਿਹੜੇ ਹੈਗੇ ਆ, ਇੱਥੇ ਜਾਂਗਲਾ ਪੁਲ ਪੈਂਦਾ ਸਾਡਾ ਜਿਹੜਾ ਜਾਂਗਲਾ ਨਹਿਰ ਦਾ ਪੁਲ ਹੈ, ਜਿਹੜੇ ਅੰਮ੍ਰਿਤਸਰ ਤੋਂ ਦੋ ਮੁੰਡੇ ਜਿਹੜੇ ਮੋਟਰਸਾਈਕਲ 'ਤੇ ਉੱਥੋਂ ਆਏ ਅਤੇ ਜਿਹਦੇ 'ਚ ਇੱਕ ਪ੍ਰਿੰਸੀਪ ਹੈ, ਦੂਜੇ ਦਾ ਨਾਂ ਨਹੀਂ ਹਜੇ ਮੈਂ ਡਿਸਕਲੋਜ ਕਰਾਂਗਾ, ਇੱਕ ਜਿਹੜਾ ਅਸੀਂ ਅਰੈਸਟ ਕਰ ਲਿਆ। ਇਹ 2 ਜਣੇ ਉੱਥੋਂ ਅੰਮ੍ਰਿਤਸਰ ਤੋਂ ਆਏ ਅਤੇ 3 ਜਣੇ ਜਿਹੜੇ ਆ, ਇੱਕ ਮਨਪ੍ਰੀਤ ਮੰਨੂ, ਇੱਕ ਇਹਦਾ ਹੋਰ ਛੋਟਾ ਭਰਾ ਅਤੇ ਇੱਕ ਇਹਦਾ ਸਾਲਾ, ਇਹ 3 ਜਣੇ ਜਾਂਗਲੇ ਪਿੰਡ ਤੋਂ ਇੱਥੇ ਇਕੱਠੇ ਹੋਏ, ਇੱਥੋਂ ਇਕੱਠੇ ਹੋ ਗਏ ਵਾਇਆ ਨਾਸਰਕੇ ਤੋਂ ਜਾ ਕੇ ਇਹਨਾਂ ਨੇ, ਅਤੇ ਨਾਸਰਕੇ ਤੋਂ ਕੋਈ ਕਰੀਬ 2-3 ਕਿਲੋਮੀਟਰ ਦੀ ਦੂਰੀ 'ਤੇ ਜਿਹੜਾ ਕਲੀਅਰ ਕਲਾਂ ਪਿੰਡ ਹੈ ਉੱਥੇ ਜਾ ਕੇ ਅਤੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ।
ਮੋਟੀਵੇਸ਼ਨ ਦੇ ਪਿੱਛੇ ਇਜ਼ੀ ਮਾਇਆ ਨਹੀਂ ਹੁੰਦਾ ਜੀ, ਸੌਖੇ ਹੈ ਕਿਉਂਕਿ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਅਤੇ ਲਾਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਅਤੇ ਦੂਜਾ ਇਹਦਾ ਭਰਾ ਅਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ, ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।